ਕੀ ਗੱਲ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਕੀ ਗੱਲ ਹੈ ਕਿ ਸਾਡੇ ਬੱਚੇ ਤੇ ਸਾਡੀ ਇੱਥੇ ਦੀ ਜਿਹੜੀ ਪੰਜਾਬ ਦੀ ਸਰਕਾਰ ਵੀ ਹੈ ਜਿਹਨੂੰ ਤੁਸੀਂ ਗੁੰਗੀ ਬੋਲੀ ਸਰਕਾਰ ਕਹਿ ਸਕਦੇ ਹੋ ਅੱਜ 35 ਦਿਨ ਹੋ ਗਏ ਭਾਈ ਗੁਰਬਖਸ਼ ਸਿੰਘ ਖਾਲਸਾ ਉੱਥੇ ਬੈਠੇ ਆ ਭੁੱਖੇ ਆਮਨ ਅਨਸ਼ਨ ਦੇ ਉੱਤੇ ਇੱਕ ਆਮਨ ਅਨਸ਼ਨ ਤੇ ਬੈਠਾ ਹੋਇਆ ਬੰਦਾ ਉਹ ਉੱਥੇ ਅੰਨਾ ਹਜ਼ਾਰੇ ਬੈਠਾ 8ਵਾਂ 10ਵਾਂ ਦਿਨ ਹੋਇਆ ਤੇ ਕਹਾਣੀ ਸ਼ੁਰੂ ਹੋ ਗਈ ਕਿਉਂ ਸਾਨੂੰ ਮੇਲ ਨਹੀਂ ਆਉਂਦਾ ਜੇ ਸਿੰਘ ਅੱਜ ਸ਼ਾਂਤਮਈ ਢੰਗ ਦੇ ਨਾਲ ਆਪਣੀ ਜਾਇਜ਼ ਮੰਗਾਂ ਲੈ ਕੇ ਤੁਰੇ ਆ ਜੇ ਸਾਡਾ ਹੱਕ ਹੈ ਫਿਰ ਮੈਂ ਕਹਿੰਦਾ ਇਹ ਸਾਡਾ ਹੱਕ ਹੈ ਲੀਗਲੀ ਉਹਨਾਂ ਨੂੰ ਰੱਖਿਆ ਨਹੀਂ ਜਾ ਸਕਦਾ ਮੋਰਲੀ ਉਹਨਾਂ ਨੂੰ ਰੱਖਿਆ ਨਹੀਂ ਜਾ ਸਕਦਾ ਫਿਰ ਵੀ ਕਿਉਂ ਕੀਤਾ ਜਾਂਦਾ 1984 ਨਵੰਬਰ ਦੇ ਵਿੱਚ ਇੱਕ ਕਿਸ਼ੋਰੀ ਲਾਲ ਕਸਾਈ ਉਸ ਕਸਾਈ ਨੇ 32 ਸਿੱਖਾਂ ਦਾ ਕਤਲ ਕੀਤਾ 7 ਕਤਲ ਦੇ ਕੇਸਾਂ ਦੇ ਵਿੱਚ ਹਾਈ ਕੋਰਟ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਸੁਪਰੀਮ ਕੋਰਟ ਨੇ ਸਜ਼ਾ ਤੋੜ ਕੇ ਉਮਰ ਕੈਦ ਕਰਤੀ ਉਮਰ ਕੈਦ ਕਰਨ ਤੋਂ ਬਾਅਦ ਉਹ ਬੰਦਾ ਜਿਹੜਾ ਕਤਲ ਦੇ ਕੇਸ ਵਿੱਚ 7 ਕਤਲ ਦੇ ਕੇਸ ਵਿੱਚ ਬੰਦ ਹੋਇਆ ਉਸ ਬੰਦੇ ਤੇ ਰਿਹਾਈ ਦੇ ਵਾਸਤੇ ਦਿੱਲੀ ਦੀ ਸ਼ੀਲਾ ਦੀਸ਼ ਸਰਕਾਰ ਨੇ 6 ਮਹੀਨੇ ਪਹਿਲੇ ਕਿਹਾ ਉਹਨੂੰ ਰਿਹਾ ਕਰ ਦਿਓ ਉਹਦਾ ਨੇਕ ਚਾਲ ਚੱਲਣ ਹੈ ਉਹਦਾ ਚਾਲ ਚੱਲਣ ਨੇਕ ਹੈ ਜਿਹੜਾ ਬੰਦਾ ਕਤਲ ਦੇ ਮਾਮਲੇ ਵਿੱਚ ਨਿਰਦੋਸ਼ ਲੋਕਾਂ ਨੂੰ ਮਾਰਨ ਦੇ ਮਾਮਲੇ ਵਿੱਚ ਹੈ ਉਹਦੀ ਸਟੇਟ ਗਵਰਨਮੈਂਟ ਜੇ ਰਿਕਮੈਂਡ ਕਰ ਸਕਦੀ ਹੈ ਉਹਨੂੰ ਛੱਡ ਦਿੱਤਾ ਜਾਵੇ ਤੇ ਜਿਨ੍ਹਾਂ ਸਿੰਘਾਂ ਦੇ ਉੱਤੇ ਕੋਈ ਕਤਲ ਦਾ ਮਾਮਲਾ ਵੀ ਨਹੀਂ ਹੈ ਮੈਂ ਫੇਰ ਕਹਿੰਦੇ ਆ ਇਹ ਕੋਰਟ ਤੱਕ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਕਤਲ ਦਾ ਕੋਈ ਮਾਮਲਾ ਨਹੀਂ ਹੈ ਫੇਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਇਹ ਕੀ ਗੱਲ ਹੈ ਇਹ ਦੋ ਤਰ੍ਹਾਂ ਦੇ ਮਾਨਦੰਡ ਨਹੀਂ ਅਪਣਾਉਣੇ ਚਾਹੀਦੇ ਹੈ ਤੇ ਇਹ ਮੈਂ ਤੁਹਾਡੇ ਸਾਹਮਣੇ ਇੱਕੋ ਬੇਨਤੀ ਕਰਾਂਗਾ ਕਹਿਣਾ ਰਿਹਾ ਕਰੋ ਜਸਟਿਸ ਵੀ ਵਾ ਜਸਟਿਸ ਵੀ ਵਾ ਜਸਟਿਸ ਵੀ ਵਾ ਜਸਟਿਸ ਵੀ ਵਾ
ਮੰਗਦੇ ਨੇ ਸਾਹਿਬ ਸਿੱਖ ਕੀ ਮੰਗਦੇ ਨੇ ਸਾਹਿਬ ਦੇਖ ਤੇ ਫਤਿਹ ਪੰਥ ਕੀ ਜੀਤ ਰਾਜ ਕਾ
ਸਿੱਖਾਂ ਨਾਲ ਇਨਸਾਫ ਕਰੋ, ਸਿੱਖਾਂ ਨਾਲ ਇਨਸਾਫ ਕਰੋ, ਬੰਦੀ ਸਿੰਘਾਂ ਨੂੰ Yeah.
Fateh! 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 Fateh!
Justice! 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 Justice!